ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਰਾਜਵਿੰਦਰ ਪੁੱਲਰ ਟਿਕਰੀ ਬਾਰਡਰ ਤੋਂ ਅਸੀਂ ਲਗਾਤਾਰ ਤੁਹਾਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਵਾ ਰਹੇ ਹਾਂ ਟਿਕਰੀ ਬਾਰਡਰ ਤੋਂ ਹਾਲਾਤ ਦਿਖਾ ਰਹੇ ਹਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਅੱਜ ਧੁੰਦ ਵੀ ਕਾਫੀ ਸੀ ਠੰਡ ਕਾਫੀ ਹੈ ਜਿਹੜੇ ਕਿਸਾਨ ਹੈ ਉਹ ਟਰਾਲੀਆਂ ਖੜੀਆਂ ਹੋਈਆਂ ਇਹ ਜਿਹੜਾ ਮੇਨ ਪਕੌੜਾ ਚੌਂਕ ਤੋਂ ਆਪਾਂ ਕਹਿ ਦਈਏ ਕਿ ਥੋੜੀ ਜਿਹੀ ਦੂਰੀ ਤੇ ਅਸੀਂ ਖੜੇ ਹੋਏ ਹਾਂ ਇਹ ਟਿਕਰੀ ਬਾਰਡਰ ਵਾਲੀ ਲੇਨ ਆ ਜਿੱਥੇ ਕਿ ਮਾਲਵਾ ਏਰੀਏ ਦਾ ਹਰਿਆਣੇ ਦਾ ਕਿਸਾਨ ਖੜਾ ਹੋਇਆ ਲੰਬੇ ਸਮੇਂ ਤੋਂ ਤੇ ਸਾਨੂੰ ਜਾਂਦਿਆਂ ਵਕਤ ਇੱਕ ਟਰੱਕ ਦਿਸਿਆ ਅਸੀਂ ਤੁਹਾਨੂੰ ਟਰੱਕ ਬਾਰੇ ਜਿਹੜੀ ਇਹ ਜਾਣਕਾਰੀ ਵੀ ਦਿਵਾਵਾਂਗੇ ਪਿੰਡ ਮਲਿਕਪੁਰਾ ਜ਼ਿਲ੍ਹਾ सिरसा ਹਰਿਆਣਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਟ੍ਰੋਲੀ ਟਾਕ ਪ੍ਰੋਗਰਾਮ ਦੇ ਤਹਿਤ ਹਰ ਇੱਕ ਕਿਸਾਨ ਦੇ ਨਾਲ ਤੁਹਾਡੀ ਗੱਲਬਾਤ ਕਰਾ ਸਕੀਏ ਪਿੰਡ ਮਲਕਪੁਰਾ ਦੀ ਗੱਲ ਕਰਦੇ ਆ ਮਲਕਪੁਰਾ ਪਿੰਡ ਕਿਹੜੀ ਜਥੇਬੰਦੀ ਨਾਲ ਜੁੜਿਆ ਹੋਇਆ ਹੈ ਕਿਹੜੀ ਯੂਨੀਅਨ ਦੇ ਨਾਲ ਜੁੜਿਆ ਹੋਇਆ ਹੈ ਪਿੰਡ ਦਾ ਇਤਿਹਾਸ ਕੀ ਹੈ ਪਿੰਡ ਦੀ ਵੋਟ ਕਿੰਨੀ ਹੈ ਪਿੰਡ ਦੇ ਜਿਹੜੇ ਨੌਜਵਾਨ ਹੈ ਕਿਸਾਨ ਹੈ ਇਸ ਅੰਦੋਲਨ ਦੇ ਵਿੱਚ ਕਿਵੇਂ ਉਹ ਸ਼ਾਮਲ ਹੋਏ ਕਿਉਂਕਿ ਜਾਗਰਤੀ ਆਈ ਹੈ ਲੋਕਾਂ ਦੇ ਵਿੱਚ ਜਾਗਰਕ ਹੋਏ ਨੇ ਕਿਸਾਨ ਅੰਦੋਲਨ ਦੇ ਲਈ ਨੌਜਵਾਨ ਜਾਗਰਕ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਟਰੱਕ ਦੇ ਵਿੱਚ ਸਹੂਲਤਾਂ ਕਾਫੀ ਨੇ ਚੜਨ ਦਾ ਪੌੜੀ ਲੱਗੀ ਹੋਈ ਹੈ ਲੰਗਰ ਪਾਣੀ ਲਈ ਉੱਥੇ ਸਹੂਲਤ ਉਪਲਬਧ ਹੈ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨੀ ਸੰਘਰਸ਼ ਲਈ ਕੀ ਜਿਹੜੇ ਜਜ਼ਬਾਤ ਹੈ ਉਹ ਰੱਖਦੇ ਨੇ ਕੀ ਵਿਚਾਰ ਹੈ ਜਿਹੜੇ ਉਹ ਰੱਖਦੇ ਨੇ ਕਿਉਂਕਿ ਇਹ ਸੰਘਰਸ਼ ਲੰਮਾ ਹੈ ਅੰਦਰ ਜਾਣੇ ਅੰਦਰ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਆ 8 ਤਰੀਕ ਦੀ ਮੀਟਿੰਗ ਸੀ 8ਵੇਂ ਗੇੜ ਦੀ ਉਹ ਵੀ ਬੇਸਿੱਟਾ ਰਹੀ ਸੁਪਰੀਮ ਕੋਰਟ ਨੇ ਕੱਲ ਫੈਸਲਾ ਜਿਹੜਾ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਹਾਂ ਪੱਕੀ ਫੈਸਲਾ ਹੈ ਕਿ ਜਿਹੜਾ ਸ਼ਾਂਤ ਮਹੀਨ ਦੁਲਨ ਚੱਲ ਰਿਹਾ ਪਰ ਫਿਰ ਵੀ ਹਜੇ ਤੱਕ ਸੁਪਰੀਮ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਹੈ ਕਿ ਇਸ ਫੈਸਲੇ ਕਰੋਗੇ ਇਹ ਜਲਦੀ ਜਿਹੜਾ ਪ੍ਰੋਟੈਸਟ ਹੋ ਖਤਮ ਹੋਵੇ ਤੁਸੀਂ ਦੇਖ ਰਹੇ ਹੋ ਕਿ ਟਰੱਕ ਦੇ ਵਿੱਚ ਇੱਕ ਸਟੋਰ ਰੂਮ ਬਣਾ ਚੱਕਿਆ ਰੱਖਿਆ ਹੋਇਆ ਹੈ ਉੱਪਰ ਕਾਫੀ ਸਮਾਨ ਪਿਆ ਹੋਇਆ ਹੈ ਗੱਦੇ ਵਿਛੇ ਹੋਏ ਨੇ ਚਾਰਜਿੰਗ ਦੀ ਸਹੂਲਤ ਬਲਵਦਾ ਹੈ ਕੰਬਲ ਹੈ ਜੇ ਗੱਲ ਕਰੀਏ ਸਾਰੀਆਂ ਸਹੂਲਤਾਂ ਹੈਗੀਆਂ ਨੇ ਕਿਉਂਕਿ ਮੋਰਚਾ ਲੰਬਾ ਚੱਲ ਸਕਦਾ ਹੈ 6-6 ਮਹੀਨੇ ਦਾ ਸਮਾਨ ਜਿਹੜਾ ਰਾਸ਼ਨ ਲੈ ਕੇ ਆਏ ਨੇ ਉਸ ਤੋਂ ਬਾਅਦ ਗੱਲ ਕਰੀਏ ਇਨਵੈਟਰ ਦੀ ਸਹੂਲਤ ਹੈ ਹਰ ਤਰ੍ਹਾਂ ਦੀ ਸਹੂਲਤ ਹੈ ਕਿਸੇ ਵੀ ਚੀਜ਼ ਦੀ ਕੋਈ ਵੀ ਇੱਥੇ ਸਮੱਸਿਆ ਨਹੀਂ ਹੈ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਜਜ਼ਬਾਤ ਕੀ ਕਹਿੰਦੇ ਨੇ ਕਿਸਾਨ ਸੰਘਰਸ਼ ਬਾਰੇ ਕਿਵੇਂ ਸੋਚਦੇ ਨੇ ਕਿੰਨਾ ਕੁ ਲੰਬਾ ਸੰਘਰਸ਼ ਚੱਲ ਸਕਦਾ ਹੈ ਤੇ ਨੌਜਵਾਨ ਵੀ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣੇ ਨੇ ਇੱਕ ਛੋਟਾ ਨੌਜਵਾਨ ਵੀ ਬੈਠਾ ਹੈ ਬਾਪੂ ਜੀ ਬੈਠੇ ਹੈ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਗੁਰਪ੍ਰਤਮ ਸਿੰਘ ਆ ਇੱਕ ਸਰਪੰਚ ਮਲਕਪੁਰਾ ਜੀ ਜੀ ਬਾਪੂ ਜੀ ਪਹਿਲਾਂ ਤਾਂ ਪਿੰਡ ਬਾਰੇ ਥੋੜਾ ਚਾਨਣਾ ਪਾਓ ਪਿੰਡ ਕਿੱਥੇ ਸਥਿਤ ਹੈ ਕਿਹੋ ਜਿਹਾ ਪਿੰਡ ਹੈ ਕਿਸਾਨੀ ਸੰਘਰਸ਼ ਦੇ ਨਾਲ ਇਹ ਪਿੰਡ ਕਿਵੇਂ ਜੁੜਿਆ ਸਾਡਾ ਪਿੰਡ ਮਲਕਪੁਰਾ ਜੀ ਜੀ ਇਹ ਡੱਬ ਵਾਲੀ ਤਸਵੀਰ 'ਚ ਹੈ ਜੀ ਡਿਸਟ੍ਰਿਕਟ ਸਰਸਾ ਜੀ ਜੀ ਸੰਘਰਸ਼ ਨਾਲ ਸਾਡੇ ਪਿੰਡ ਦਾ ਇਤਨਾ ਜਿਆਦਾ ਜੁੜਿਆ ਹੋਇਆ ਹੈ ਕਿ ਵੱਧ ਤੋਂ ਵੱਧ ਸੰਯੋਗ ਦੇ ਰਹੇ ਸਾਨੂੰ ਤੁਰਨ ਤੋਂ ਪਹਿਲਾਂ ਸਾਰੇ ਪਿੰਡ ਨੇ ਤੋਰਿਆ ਔਰ ਚੰਗੀ ਤਰ੍ਹਾਂ ਸੰਘਰਸ਼ ਮਤਲਬ ਸਾਡਾ ਸ਼ੁਰੂ ਪਾਪੂ ਜੀ ਚੱਲ ਰਿਹਾ ਪਿੰਡ ਵਾਲਿਆਂ ਦਾ ਸਹਿਯੋਗ ਵੀ ਹੁੰਦਾ ਐਨਆਰਆਈ ਲੋਕਾਂ ਦਾ ਸਹਿਯੋਗ ਵੀ ਹੁੰਦਾ ਪਹਿਲਾਂ ਕੀ ਹੁੰਦਾ ਸੀ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਜਦੋਂ ਜੁਨੀਅਨ ਦੇ ਲੋਕ ਜੁੜਦੇ ਸੀ ਜੁਨੀਅਨ ਨਾਲ ਲੋਕ ਜੁੜਦੇ ਸੀ ਤਾਂ ਨੌਜਵਾਨ ਉਹਨਾਂ ਨੂੰ ਟਿੱਪਣੀਆਂ ਵੀ ਕਰਦੇ ਸੀ ਵੀ ਉਹ ਚੱਲੇ ਜੁਨੀਅਨ ਵਾਲੇ ਹਨ ਅੱਜ ਨੌਜਵਾਨਾਂ ਦੇ ਵੀ ਬੈਚ ਲੱਗੇ ਹੋਏ ਆ ਜੁਨੀਅਨ ਦਾ ਸਾਥ ਦੇ ਰਿਆ ਨੌਜਵਾਨਾਂ ਦਾ ਸਾਥ ਵੇਖ ਕੇ ਕਿਵੇਂ ਲੱਗਦਾ ਇਹ ਕੰਮੀ ਸਾਰਾ ਨੌਜਵਾਨਾਂ ਨੇ ਚੱਕਿਆ ਹੋਇਆ ਜੀ ਨੌਜਵਾਨਾਂ ਦਾ ਸਾਥ ਆਉਣ ਮੇਰਾ ਪੁੱਤਰਾ ਇਹ ਵੀ ਨਾਲ ਆਇਆ ਹੋਇਆ ਹੈ ਜੀ ਇਸ ਕਰਕੇ ਮਤਲਬ ਜਿਹੜਾ ਸੰਘਰਸ਼ਾ ਇਹ ਕਿਸਾਨਾਂ ਸਿਰਫ ਤੇ ਹੀ ਚੱਲਿਆ ਅੱਜ ਨੌਜਵਾਨਾਂ ਸਿਰਫ ਤੇ ਹੀ ਚੱਲਿਆ ਹੋਇਆ ਹੈ ਜੀ ਨੌਜਵਾਨ ਇਸ ਸੰਘਰਸ਼ ਦੀ ਰੀੜ ਦੀ ਹੱਡੀ ਬਣੇ ਹੋਏ ਨੇ ਨੌਜਵਾਨਾਂ ਗੱਲਬਾਤ ਕਰਦੇ ਆ ਹਾਂ ਜੀ ਨੌਜਵਾਨ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਾਉੜਪੀਰ ਸਿੰਘ ਕੁਲਾਰਾ ਹੈ ਮੈਂ ਵੀ ਮਲਕੂਰਾ ਪਿੰਡ ਤੋਂ ਬਿਲੋਂਗ ਕਰਦਾ ਪਰ ਮੈਂ ਸਰਸੇ ਰਹਿਣਾ ਤੇ ਮੈਂ ਇੰਟਰਸਟਿਡ ਸੀ ਇੱਥੋਂ ਨੂੰ ਤੇ ਮੈਨੂੰ ਇੱਥੇ ਆ ਕੇ ਮਾਨ ਮਹਿਸੂਸ ਹੁੰਦਾ ਕਿ ਮੈਂ ਇਹ ਜੇ ਮੌਕੇ ਤੇ ਆਇਆ ਜੀ ਜੀ ਤੇ ਮੈਨੂੰ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੇ ਉਮਰ ਕਿੰਨੀ ਹੈ ਜੀ ਮੈਂ 7ਵੀਂ ਕਲਾਸ 'ਚ ਹਾਂ ਤੇ ਮੇਰੀ 13 ਸਾਲ ਉਮਰ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਤੁਸੀਂ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋ ਜੇ ਆਪਾਂ ਕਿਤਾਬਾਂ ਦੀ ਗੱਲ ਕਰੀਏ ਕਿਤਾਬਾਂ 'ਚ ਆਪਾਂ ਪੰਜਾਬੀ ਯੋਧਿਆਂ ਬਾਰੇ ਪੜ੍ਹਦੇ ਹਾਂ ਆਪਾਂ ਮੋਰਚਿਆਂ ਬਾਰੇ ਪੜ੍ਹਦੇ ਹਾਂ ਕਿ ਨਿਆਂ ਦੇ ਖਿਲਾਫ ਜਿਹੜੀ ਲੜਾਈ ਆ ਸਾਡੇ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ ਸ਼ਹੀਦ ਰਾਜਗੁਰੂ ਸਖਦੇਵ ਦੀ ਗੱਲ ਕਰੀਏ ਤੁਸੀਂ ਇੱਥੇ ਆਏ ਹੋ ਇਸ ਮੁਹੰਮ ਦਾ ਹਿੱਸਾ ਬਣੇ ਹੋ ਆਉਣ ਦੇ ਲਈ ਜਾਗਰਤੀ ਕਿਵੇਂ ਆਈ ਕਿੱਥੋਂ ਲੱਗਿਆ ਵੀ ਮੈਨੂੰ ਜਾਣਾ ਚਾਹੀਦਾ ਹੈ ਕਈ ਲੋਕ ਤਾਂ ਹਜੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਕਿਵੇਂ ਆਈ ਕਿ ਮੈਨੂੰ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਜੀ ਪਹਿਲਾਂ ਮੇਰੇ ਨਾਨਕਲੀ ਸਾਈਡ ਤੋਂ ਵੀ ਕਈ ਲੋਕ ਆਏ ਤੇ ਮੈਨੂੰ ਵਧੀਆ ਲੱਗਿਆ ਕਿ ਉਹ ਵੀ ਆਈ ਜਾਂਦੇ ਮੇਰਾ ਵੀ ਜੀ ਕੀਤਾ ਉਹਨੂੰ ਉੱਤੇ ਕਿਸਾਨੀ ਬਾਰੇ ਚੱਲੀ ਜਾਂਦਾ ਤਾਂ ਆਂਦਾ ਜੀ ਕੀਤਾ ਸੀ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਸੰਘਰਸ਼ਾ ਲੰਬਾ ਚੱਲ ਸਕਦਾ ਹੈ ਨੌਜਵਾਨ 13 ਸਾਲ ਦੀ ਉਮਰ ਦੇ ਵਿੱਚ ਤੁਸੀਂ ਬੈਠੇ ਹੋ 13 ਸਾਲ ਦੇ ਜੇ ਆਪਾਂ ਇੱਕ ਗੱਲ ਕਰੀਏ ਕਿ ਹੱਥਾਂ ਖੇਡਣ ਦੀ ਉਮਰ ਹੁੰਦੀ ਹੈ ਬਹੁਤੀਆਂ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਹੁੰਦਾ ਪਰ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਜਾਗਰਕ ਹੋ ਤੁਸੀਂ ਜਾਗਰਤ ਹੋਣ ਦੇ ਪਿੱਛੇ ਆਪਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਕਿ ਸਮਾਜ ਦਾ ਧੰਨਵਾਦ ਕਰਦੇ ਹਾਂ ਕਿ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਮੈਂ ਸਾਰਾ ਧੰਨਵਾਦ ਕਰਦਾ ਹਾਂ ਜੀ ਹਰ 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 ਜਗ੍ਹਾ ਤੋਂ ਆਪ ਨੂੰ ਇਹ ਸਿੱਖਿਆ ਮਿਲਦੀ ਆ ਤਾਂ ਕਰਕੇ ਮੈਂ ਸਾਰਾ ਧੰਨਵਾਦ ਕਰਦਾ ਹਾਂ ਜੀ ਤੇ ਕਿੰਨਾ ਚਿਰ ਡਟੇ ਰਹੋਗੇ ਇੱਥੇ ਤੁਸੀਂ ਆਪਾਂ ਗੱਲ ਕਰੀਏ ਵੀ ਸਕੂਲ ਵੀ ਖੁੱਲੇ ਜਾ ਰਹੇ ਆ ਵੀ ਕਿਹਾ ਜਾ ਰਿਹਾ ਵੀ ਬੱਚੇ ਸਕੂਲ 'ਚ ਆ ਜਾਣ ਵੀ ਵਾਪਸ ਆ ਜਾਣ ਕਿੰਨਾ ਚਿਰ ਡਟੇ ਰਹੋਗੇ ਜੀ ਉਹ ਤਾਂ ਪਤਾ ਨਹੀਂ ਜਦੋਂ ਦੇਖਾਂਗੇ ਜਦਾਂ ਅੱਛਾ ਜਦੋਂ ਤੱਕ ਮੋਰਚਾ ਚੱਲੂ ਆ ਤੁਸੀਂ ਇੱਥੇ ਰਹੋਗੇ ਹਾਂਜੀ ਅੱਛਾ ਚਲੋ ਬਹੁਤ ਵਧੀਆ ਗੱਲ ਆ ਜੀ ਨੌਜਵਾਨ ਨੇ ਗੱਲਬਾਤ ਕੀਤੀ ਹੈ ਜੇ ਕੋ 13 ਸਾਲ ਦੀ ਉਮਰ 13 ਸਾਲ ਦੀ ਉਮਰ ਜਿਹੜੀ ਹਸਨ ਖੇਡਣ ਦੀ ਉਮਰ ਹੁੰਦੀ ਹੈ ਪਰ 13 ਸਾਲ ਦੀ ਉਮਰ ਦੇ ਵਿੱਚ ਇਹ ਨੌਜਵਾਨ ਕਿਸਾਨੀ ਸੰਘਰਸ਼ ਦੇ ਵਿੱਚ ਆਪਣੇ ਦਾਦਾ ਜੀ ਨਾਲ ਬੈਠਾ ਆਪਣੇ ਪਿੰਡ ਵਾਲਿਆਂ ਦੇ ਨਾਲ ਬੈਠਾ ਹੈ ਉਹਨਾਂ ਦੀ ਹੱਲਾਸ਼ੇਰੀ ਹੈ ਮੋਢੇ ਨਾਲ ਮੋਢਾ ਲਾ ਕੇ ਬੈਠਾ ਹੋਇਆ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਿਹਾ ਮਾਪੋ ਜੀ ਆਪਾਂ ਗੱਲ ਕਰਦੇ ਆ ਕਿ ਮੀਟਿੰਗ ਤੇ ਮੀਟਿੰਗ ਹੋ ਰਹੀ ਐ 8ਵੇਂ ਗੇੜ ਦੀ 8ਵੀਂ ਮੀਟਿੰਗ ਸੀ ਉਸ 'ਚ ਵੀ ਕੁਛ ਨਹੀਂ ਨਿਬੜਿਆ ਹੁਣ 15 ਤਰੀਕ ਨੂੰ ਮੀਟਿੰਗ ਕਹਿ ਰਿਹਾ ਜੇ ਆਪਾਂ ਕੱਲ ਦੀ ਗੱਲ ਕਰੀਏ ਲੰਘੇ ਕੱਲ ਦੀ ਤਾਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਝਾੜ ਵੀ ਪਾਈ ਐ ਕਿ ਤੁਸੀਂ ਜਲਦ ਐ ਤੇ ਫੈਸਲਾ ਕਰੋ ਤੁਹਾਨੂੰ ਕੀ ਲੱਗਦਾ ਕਿ ਸੰਘਰਸ਼ ਕਿੰਨਾ ਕੁ ਲੰਮਾ ਚੱਲ ਸਕਦਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਪਵਾ ਇਹ ਸਾਲ ਚੱਲੇ ਪਵਾ 2 ਸਾਲ ਚੱਲੇ ਅਸੀਂ ਤਾਂ ਡਟੇ ਹੋਏ ਆ ਅਸੀਂ ਇਸ ਸੰਘਰਸ਼ ਨੂੰ ਜਿੰਨਾ ਇਹ ਸਰਕਾਰ ਲੰਮਾ ਖਿੱਚੂਗੀ ਉਦੋਂ ਜ਼ਿਆਦਾ ਖਿੱਚਾਂਗੇ ਅਸੀਂ ਵਾਪਸ ਨਹੀਂ ਜਾਂਦੇ ਅਸੀਂ ਏ ਮੋਰਚਾ ਜਿੱਤ ਕੇ ਦਿੱਲੀ ਤੋਂ ਜਾਵਾਂਗੇ ਐਵੇਂ ਨਹੀਂ ਜਾਣਾ ਬਾਪੂ ਜੀ ਤੇ ਬਾਪੂ ਜੀ ਇੱਥੇ ਠੰਡ ਬਹੁਤ ਜ਼ਿਆਦਾ ਜਿਵੇਂ ਅੱਜ ਧੁੰਦ ਵੀ ਸੀਗੀ ਅਸ਼ੀਦਾਂ ਵੀ ਮਤਲਬ ਪ੍ਰਾਪਤ ਹੋ ਰਹੀਆਂ ਕਿਸਾਨ ਜਿਹੜੇ ਆਗੂ ਆ ਜਾਂ ਕਿਸਾਨ ਆਪਣੇ ਪਿੰਡਾਂ ਤੋਂ ਪਹੁੰਚੇ ਆ ਠੰਡ ਬਹੁਤ ਜ਼ਿਆਦਾ ਉਹਨਾਂ ਦੀ ਮੌਤ ਹੋ ਰਹੀ ਹੈ ਸ਼ਹਾਦਤਾਂ ਵੀ ਪ੍ਰਾਪਤ ਹੋ ਰਹੀਆਂ ਕੀ ਲੱਗਦਾ ਕਿ ਸਰਕਾਰ ਦੇ ਕੰਨ ਤੇ ਜੂ ਕਿਉਂ ਨਹੀਂ ਸਰਕਦੀ ਸਰਕਾਰ ਨੂੰ ਇਹ ਕਰਨਾ ਪਊਗਾ ਜੀ ਕਿੰਨਾ ਚਿਰ ਅੜੂਗੀ ਅਸੀਂ ਇਸ ਮੋਰਚੇ ਤੋਂ ਪਿੱਛੇ ਨਹੀਂ ਹਟਦੇ ਅਸੀਂ ਇਹ ਮੋਰਚਾ ਫਤਿਹ ਕਰਕੇ ਹੀ ਮੁੜਾਂਗੇ ਸਰਕਾਰ ਦੇ ਜੂ ਸਰਕੇ ਚੋਂ ਨਾ ਸਰਕੇ ਅਸੀਂ ਤਾਂ ਇੱਥੇ ਡਟੇ ਹੋਏ ਆ ਜਿਨਾਂ ਦਿਨ ਇਹ ਸੰਘਰਸ਼ਾ ਜਿਹੜਾ ਲੰਬਾ ਹੁੰਦਾ ਜਾਂਦਾ ਪਬਲਿਕ ਜਿਆਦਾ ਜੁੜਦੀ ਜਾਂਦੀ ਹੈ ਜਿਵੇਂ ਮੇਰਾ ਪਿੰਡ ਮਲਕਪੁਰਾ ਮੇਰੇ ਪਿੰਡ ਮਲਕਪੁਰੇ ਤੋਂ ਹਰ ਚੌਥੇ ਪੰਜਵੇਂ ਦਿਨ ਸੱਤਵੇਂ ਦਿਨ ਹੁਣ ਅੱਜ ਵੀ ਇੱਕ ਗੱਡੀ ਹੋਰ ਆਊਗੀ ਰੋਜ਼ਾਨਾ ਪੰਜਵੇਂ ਸੱਤਵੇਂ ਦਿਨ ਗੱਡੀ ਆਉਂਦੀ ਹੈ ਇੱਕ ਇੱਕ ਹੋਰ ਆ ਜਾਂਦੀ ਹੈ ਸਾਡਾ ਪਿੰਡ ਬਹੁਤ ਮੈਂ ਪਿੰਡ ਦਾ ਬਹੁਤ ਧੰਨਵਾਦ ਕਰਦਾ ਕਿ ਪਿੰਡ ਬਹੁਤ ਚੰਗਾ ਵਧੀਆ ਰਲਿਆ ਮਿਲਿਆ ਪਿੰਡ ਆ ਸਾਡਾ Hindu Sikh ਦਾ ਸਾਰਿਆਂ ਦਾ ਔਰ ਵਧੀਆ ਸੰਯੋਗ ਦਿੰਦੇ ਆ ਲੋਕ ਮੈਨੂੰ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਇਹ ਸੰਘਰਸ਼ ਤੋਂ ਪਿੱਛੇ ਨਹੀਂ ਹਟਦੇ ਜੀ ਬਿਲਕੁਲ ਬਾਬਾ ਜੀ ਪਿੱਛੇ ਹਟਣਾ ਵੀ ਨਹੀਂ ਚਾਹੀਦਾ ਕਿਉਂਕਿ ਆਪਣੀ ਜਿਹੜੀ ਲੜਾਈ ਹੈ ਇਹ ਜ਼ਮੀਨਾਂ ਦੀ ਲੜਾਈ ਹੈ ਜ਼ਮੀਨ ਜਿਹੜੀ ਕਿਸਾਨ ਦੀ ਮਾਂ ਹੁੰਦੀ ਹੈ ਉਹਦੇ ਲਈ ਕਿਸਾਨ ਡਟੇ ਹੋਏ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਜਿਹੜੀ ਗੱਲ ਹੈ ਉਹ ਕਹੀ ਜਾ ਰਹੀ ਹੈ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤਾ ਜੀ ਮੈਂ ਮੇਰਾ ਪਿੰਡ ਰਾਜਪੁਰਾ ਜੀ ਮੈਂ ਵੀ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਜੀ ਤਾਂ ਅਸੀਂ ਇੱਥੇ ਆਏ ਨੇ ਕੱਲ ਕੋਰਟ ਦਾ ਫੈਸਲਾ ਆਇਆ ਜਿਹੜਾ ਕਿ ਵੀ ਜਾਂਦਾ ਤੁਸੀਂ ਕੁਝ ਕਰੋ ਨਹੀਂ ਸੁਪਰੀਮ ਕੋਰਟ ਇਸ ਨੂੰ ਕੁਝ ਕਰੇ ਐਕਸ਼ਨ ਲਏਗਾ ਪਰ ਸੁਪਰੀਮ ਕੋਰਟ ਕਹ ਰਹੀ ਕਿ ਨਾ ਸਟੇ ਲਏਗਾ ਤਾਂ ਸਟੇ ਹੀ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਤਾਂ ਇਹ ਤਾਂ ਇਹ ਰੱਦ ਹੀ ਹੋਣੇ ਚਾਹੀਦੇ ਨੇ ਕਾਨੂੰਨ ਤਾਂ ਰੱਦ ਹੀ ਕਰਵਾ ਕੇ ਸੀ ਜਾਵਾਂਗੇ ਤੁਹਾਨੂੰ ਲੱਗਦਾ ਹੈ ਵੀਰ ਜੀ ਤੁਸੀਂ ਗੱਲ ਕੀਤੀ ਹੈ ਕਿ ਸਟੇ ਦੀ ਗੱਲ ਵੀ ਹੋ ਰਹੀ ਹੈ ਕਿਉਂਕਿ ਆਮ ਜਿਹੜਾ ਕਿਸਾਨ ਹੈ ਜਾਗਰੂਕਾ ਉਹਨੂੰ ਵੀ ਪਤਾ ਹੈ ਵੀ ਕੀ ਹੋ ਸਕਦਾ ਹੈ ਸਰਕਾਰ ਇੱਕ ਪਾਸੇ ਜੜੀ ਹੋਈ ਹੈ ਦੂਜੇ ਪਾਸੇ ਗੱਲ ਕਰੀਏ ਕਿ ਕਿਸਾਨ ਉਹ ਬਿੱਲ ਵਾਪਸ ਕਰਾਉਣ ਦੀ ਗੱਲ ਕਰਦੇ ਆ ਸਰਕਾਰ ਵੀ ਨਹੀਂ ਝੁਕਣਾ ਚਾਹੁੰਦੀ ਤੇ ਕਿਸਾਨ ਵੀ ਨਹੀਂ ਝੁੱਕ ਸਕਦੇ ਸਟੇ ਕਰਨ ਦਾ ਕੋਈ ਤੁਹਾਨੂੰ ਲੱਗਦਾ ਕਿ ਸਟੇ ਕਰਨਾ ਕੋਈ ਹੱਲ ਨਿਕਲੂਗਾ ਵੀ ਸਰਕਾਰ ਆਪਦਾ ਪਾਸਾ ਵੀ ਰੱਖ ਲੂਗੀ ਤੇ ਕਿਸਾਨਾਂ ਦਾ ਪਾਸਾ ਵੀ ਰਹਿ ਜੂਗਾ ਤੁਹਾਨੂੰ ਲੱਗਦਾ ਕੋਈ ਚਾਲ ਇਸ ਦੇ ਵਿੱਚ ਸਰਕਾਰ ਇਹ ਕਹਿੰਦੀ ਹੈ ਨਾ ਵੀ ਆਪਾਂ ਸਟੇ ਲੈ ਲਈਏ ਤਾਂ ਕਿਸਾਨ ਵੀ ਇੱਕ ਵਾਰ ਚਲੇ ਜਾਣਗੇ ਤੇ ਅੰਦੋਲਨ ਇੱਕ ਵਾਰ ਖਤਮ ਹੋ ਜਾਏਗਾ ਤਾਂ ਸਟੇ ਤਾਂ ਦੁਬਾਰਾ ਕੈਨਸਲ ਵੀ ਹੋ ਸਕਦਾ ਹੈ ਸਟੇ ਹੀ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਇਹ ਤਾਂ ਰੱਦ ਹੀ ਹੋਣੇ ਚਾਹੀਦੇ ਨੇ ਕਾਨੂੰਨ ਜੀ ਤੇ ਰਦੀ ਹੋਣ ਚਾਹੀਦੇ ਨੇ ਕਾਰਨੇ ਕਾਫੀ ਵਾਰੀ ਜਿਹੜਾ ਸੁਪਰੀਮ ਕੋਰਟ ਦਾ ਹਿੱਸਾ ਲਿਆ ਕੋਈ ਕੂਨ ਕਾਨੂੰਨ ਵਾਪਸ ਕਰਾਉਣਾ ਹੋਵੇ ਜਾਂ ਆਪਾਂ ਮੰਦਰ ਦੀ ਗੱਲ ਕਰ ਲਈਏ ਸੁਪਰੀਮ ਕੋਰਟ ਤੋਂ ਫੈਸਲੇ ਕਰਾਏ ਜਾਂਦੇ ਆ ਹੁਣ ਸਟੇ ਦੀ ਗੱਲ ਵੀ ਕਹੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਇਹਦਾ ਫੈਸਲਾ ਕਰ ਦੇ ਤੇ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਜਾਂ 26 ਤਰੀਕ ਵਾਲੀ ਜਿਹੜੀ ਕਾਲ ਹੈ ਵੀ ਆਪਾਂ ਜਿਹੜਾ ਦਿੱਲੀ ਪਹੁੰਚਾਂਗੇ ਜਿਹੜੇ ਟਰੈਕਟਰ ਆ ਉਹ ਉੱਥੇ ਫਲੈਗ ਲਾ ਕੇ ਨੈਸ਼ਨਲ ਫਲੈਗ ਲਾ ਕੇ ਯੂਨੀਅਨ ਦੇ ਫਲੈਗ ਲਾ ਕੇ ਚੱਲਣਗੇ ਤੁਹਾਨੂੰ ਲੱਗਦਾ ਕਿ ਸਾਨੂੰ ਸਥੇਚ ਰਹਿਣ ਦੀ ਲੋੜ ਹੈ ਹਾਂਜੀ ਜ਼ਰੂਰ ਜੀ ਵਧੀਆ ਫਲੈਗ ਕਰਨਗੇ 26 ਜਨਵਰੀ ਨੂੰ ਵਧੀਆ ਸੰਤੁਸ਼ਟੀ ਨਾਲ ਆਦਾ ਵਧੀਆ ਵਿਚਾਰ ਚੱਲਣਗੇ ਇੱਕ ਸਾਈਡ ਹੋ ਕੇ ਚੱਲਣਾ ਹੈ ਕੋਈ ਉਹਦੇ ਵਿੱਚੋਂ ਟ੍ਰੈਫਿਕ ਦੀ ਦਿੱਕਤ ਨਹੀਂ ਆਣ ਦੇਣੀ ਕਿਸੇ ਨੂੰ ਕੁਝ ਵੀ ਦਿੱਕਤ ਨਹੀਂ ਆਣ ਦੇਣੀ ਦਿੱਲੀ ਦੇ ਬੰਦੇ ਨੂੰ ਕਿਸੇ ਨੂੰ ਦਿੱਕਤ ਨਹੀਂ ਆਣ ਦੇਣੀ ਤਾਂ ਫੇਰ ਹੀ ਪਤਾ ਲੱਗੇਗਾ ਵੀ ਕਿਸਾਨਾਂ ਦਾ ਬਹੁਤ ਹੀ ਅੱਛਾ ਮੋਰਚਾ ਹੈ ਬਹੁਤ ਹੀ ਵਧੀਆ ਮੋਰਚੇ ਨੂੰ ਸੰਭਾਲ ਰਹੇ ਨੇ ਸਾਡੇ ਕਿਸਾਨ ਆਗੂ ਵੀ ਬਹੁਤ ਵਧੀਆ ਸੰਭਾਲ ਰਹੇ ਨੇ ਸਿਸਟਮ ਨੂੰ ਜੀ ਵੀਰ ਜੀ 7 ਜਨਵਰੀ ਨੂੰ ਆਪਾਂ ਇੱਕ ਟ੍ਰੇਲਰ ਦਿਖਾਇਆ ਸੀ ਟਰੈਕਟਰਾਂ ਦਾ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਸਰਕਾਰ ਥੋੜੀ ਡਰੀ ਹੈ ਸਰਕਾਰ ਥੋੜਾ ਜਿਹਾ ਸੌਫਟ ਜਿਹੜਾ ਰੋਖਾ ਹੈ ਉਹ ਉਹਨੇ ਅਪਣਾਇਆ ਹਾਂਜੀ ਅਪਣਾਇਆ ਜੀ ਉਹ ਵੀ ਟ੍ਰੇਲਰ ਦਿਖਾਇਆ ਉਸ ਤੋਂ ਬਾਅਦ ਟ੍ਰੇਲਰ ਹੋਰ ਵੀ ਚੱਲ ਰਹੇ ਨੇ ਸਾਰੇ ਪਿੰਡਾਂ ਚ ਚੱਲ ਰਹੇ ਨੇ ਜੀ ਪਿੱਛੇ ਹਰ ਹਰਿਆਣਾ ਵਿੱਚ ਵੀ ਚੱਲ ਰਹੇ ਨੇ ਪੰਜਾਬ ਜੀ ਵੀ ਚੱਲ ਰਹੇ ਨੇ ਰਾਜਸਥਾਨ ਜੀ ਵੀ ਇਹਨਾਂ ਦੇ ਟ੍ਰੇਲਰ ਰੂਟੀਨ ਚ ਹੀ ਮਿਲ ਰਹੇ ਨੇ ਹਰ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਟ੍ਰੇਲਰ ਹੋ ਰਿਹਾ 100 100 200 200 ਟਰੈਕਟਰ 3 300 ਟਰੈਕਟਰਾਂ ਦਾ ਟ੍ਰੇਲਰ ਹੋ ਰਿਹਾ ਜੀ हरियाणा ਦੀ ਗੱਲ ਕਰੀਏ ਮਨੂਰ ਨਾਰ ਖੱਟੜ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਕਿਸਾਨਾਂ ਨੂੰ ਰੋਕਣ ਦੀਆਂ ਥੋੜੇ ਦਿਨ ਪਹਿਲਾਂ ਉਹਨਾਂ ਦਾ ਵਿਰੋਧ ਵੀ ਹੋਇਆ ਜਦੋਂ ਪਤਾ ਕਿ ਲੋਕ ਵਿਰੋਧ ਕਰ ਰਹੇ ਨੇ ਫਿਰ ਉਹ ਜਨਤਾ ਵਿੱਚ ਜਾਣ ਦੀ ਜਿਹੜੀ ਇਹ ਗਲਤੀ ਕਿਉਂ ਕਰਦੇ ਨੇ ਉਹਨਾਂ ਨੂੰ ਐਸੀ ਹੈ ਜੀ ਅਸੀਂ ਆਪਦੇ करनाल ਦੇ ਵਿੱਚ ਹੀ ਇੱਕ ਪ੍ਰੋਗਰਾਮ ਰੱਖੀਏ ਇੱਥੇ ਅਸੀਂ ਕੁਝ ਨਾ ਉਸ ਕਰਕੇ ਦਿਖਾਵਾਂਗੇ ਪ੍ਰੋਗਰਾਮ ਕਰਕੇ ਦਿਖਾਵਾਂਗੇ ਪਰ ਉਹ ਕਿਸਾਨਾਂ ਨੇ ਨਹੀਂ ਕੰਮ ਜਾ ਉਹਨਾਂ ਦਾ ਉਸ ਨੂੰ ਵੀ ਰੋਕ ਦਿੱਤਾ ਉਹਨਾਂ ਨੇ ਰੋਕਿਆ ਬਹੁਤ ਸਾਰਾ ਕਿਸਾਨਾਂ ਨੂੰ ਪਰ ਕਿਸਾਨ ਪੈਦਲ ਹੀ ਚੱਲ ਪਏ ਟ੍ਰੱਕਾਂ ਨੂੰ ਲਾਏ ਸੀਗੇ ਉਹਨਾਂ ਨੇ ਬੈਰੀਗੇਡ ਲਾਏ ਸੀਗੇ ਪਰ ਕਿਸਾਨ ਪੈਦਲ ਹੀ ਚਲਪੇ ਪੈਦਲ ਜਾ ਕੇ ਮੋਰਚਾ ਖਤਮ ਕਰਤਾ ਉਹਨਾਂ ਦਾ ਕਟੜ ਦਾ ਮੋਰਚਾ ਖਤਮ ਕੀਤਾ ਜਿਹੜੀ ਉੱਥੇ ਨੌਜਵਾਨਾਂ ਨੇ ਭੰਨਤੋੜ ਵੀ ਕੀਤੀ ਅਥਰੂ ਗੈਸ ਦੇ ਗੋਲੇ ਵੀ ਚਲਾਏ ਉਸ ਤੋਂ ਬਾਅਦ ਅਗਲੇ ਦਿਨ ਜਿਹੜੇ 100 ਦੇ ਕਰੀਬ ਕਿਸਾਨਾਂ ਤੇ ਪਰਚੇ ਵੀ ਦਰਜ ਹੋਇਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਗਲਤ ਅਸਰ ਪਰਚੇ ਗਲਤ ਕਰ ਰਹੀ ਹੈ ਨਹੀਂ ਬਹੁਤ ਜ਼ਿਆਦਾ ਨਜਾਇਜ਼ ਕਰ ਰਹੀ ਹੈ ਸਰਕਾਰ ਧੱਕਾ ਕਰ ਰਹੀ ਹੈ ਖੱਟਰ ਸਰਕਾਰ ਦਾ ਪਹਿਲਾਂ ਤੋਂ ਹੀ ਧੱਕਾ ਕਰ ਲਈ ਹੈ ਜਿਹੜਾ ਆਪਾਂ ਅੰਦੋਲਨ ਦੇ ਵਿੱਚ ਆ ਰਹੇ ਸੀਗੇ ਬਹੁਤ ਹੀ ਰਸਤੇ 'ਚ ਰੁਕਾਵਟਾਂ ਬਣੀ ਬਹੁਤ ਜ਼ਿਆਦਾ ਬੈਰੀਕੇਡ ਲਾਏ ਰੋਡ ਵੀ ਪੱਟ ਦਿੱਤੀ ਬਹੁਤ ਹੀ ਕੁਝ ਕਰਿਆ ਖੱਟਰ ਸਰਕਾਰ ਨੇ ਬਹੁਤ ਜ਼ਿਆਦਾ ਧੱਕਾ ਕਰਿਆ ਕਿਸਾਨਾਂ ਨਾਲ ਬਹੁਤ ਜ਼ਿਆਦਾ ਵੀ ਪੰਜਾਬ ਦੇ ਕਿਸਾਨਾਂ ਨੂੰ ਨਾ ਆਉਣ ਦਈਏ ਹਰਿਆਣੇ ਦੇ ਕਿਸਾਨਾਂ ਦੀ ਹੈ ਪਰ ਕਿਸਾਨ ਬਹੁਤ ਹੀ ਵਧੀਆ ਤਰੀਕੇ ਨਾਲ ਡਟਿਆ ਰਿਹਾ ਤੇ ਅੱਗੇ ਵਧਦਾ ਹੋਇਆ ਦਿੱਲੀ ਬਾਰਡਰ ਤੇ ਆ ਕੇ ਬੈਠ ਗਿਆ ਆ ਤੇ ਉਹਨਾਂ ਸ਼ਾਸਨ ਤਰੀਕੇ ਨਾਲ ਬੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਇੱਕ ਹੋਰ ਵਿਚਾਰ ਦੀ ਸਾਂਝ ਪਾਉਣੀ ਹੈ ਕਿ ਪਿੰਡਾਂ ਦੇ ਵਿੱਚ ਆਪਾਂ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਲੜਦੇ ਰਹੇ ਅੱਜ ਇਕੱਠੇ ਹੋਏ ਬੈਠੇ ਆਂ ਅਲੱਗ-ਅਲੱਗ ਪਿੰਡਾਂ ਦੇ ਆਪਾਂ ਇੱਕ ਜਗ੍ਹਾ ਤੇ ਖਾਣਾ ਬਣਾਉਨੇ ਆ ਤੁਹਾਨੂੰ ਲੱਗਦਾ ਕਿ ਹਜੇ ਸਾਨੂੰ ਜਾਗਣ ਦੀ ਹੋਰ ਲੋੜ ਹੈਗੀ ਆ ਜਾਗੇ ਹੋਏ ਆ ਜੀ ਵਧੀਆ ਵਿਚਾਰ ਮਿਲ ਰਹੇ ਨੇ ਸਭ ਬੈਠੇ ਨੇ ਪ੍ਰੇਮ ਪਿਆਰ ਨਾਲ ਬੈਠੇ ਨੇ ਹਰਿਆਣਾ ਪੰਜਾਬ ਰਾਜਸਥਾਨ ਸਾਰੇ ਹਰ ਸਟੇਟ ਬੈਠਾ ਇੱਥੇ ਉਹਦੇ ਨਾਲ ਵਧੀਆ ਪ੍ਰੇਮ ਪਿਆਰ ਨਾਲ ਬੈਠ ਰਹੇ ਨੇ ਵੀ ਹਰ ਬੰਦੇ ਨੂੰ ਕਿਸੇ ਨੂੰ ਇਹ ਨਹੀਂ ਸੀ ਕਿ ਇਹਨਾਂ ਦਾ ਕਿਸਾਨ ਅੰਦੋਲਨ ਇਹਨਾਂ ਲੰਮਾ ਚੱਲੂਗਾ ਵੀ ਸਰਕਾਰ ਦੀ ਸੋਚ ਸੀ ਕਿ 15 20 ਦਿਨ ਚੱਲੇਗਾ ਜਿਆਦਾ ਜਿਆਦਾ ਕਿੰਨਾ ਚੱਲੇਗਾ ਵੀ ਇਹ ਆਪਣੇ ਆਪ ਹੀ ਚਲੇ ਜਾਣਗੇ ਪਰ ਨਹੀਂ ਕਿਸਾਨ ਡਟੇ ਰਹਿਣਗੇ ਚਾਹੇ ਸਾਲ 2 ਸਾਲ 3 ਸਾਲ ਜਦੋਂ ਤੱਕ ਕੈਨਸਲ ਨਹੀਂ ਹੋਣਗੇ ਕਾਨੂੰਨ ਤਾਂ ਡਟੇ ਹੀ ਰਹਿਣਗੇ ਰੱਦ ਹੀ ਕਰਵਾ ਕੇ ਜਾਵਾਂਗੇ ਕਾਨੂੰਨਾਂ ਨੂੰ ਅਸੀਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਪਿੰਡਾਂ ਦੇ ਵਿੱਚ ਨਾ ਪਾਰਟੀਆਂ ਬਾਜ਼ੀਆਂ ਹੁੰਦੀਆਂ ਉਹਦੇ ਪਿੱਛੇ ਲਾ ਕੇ ਅਸੀਂ ਵਿਗਾੜ ਵੀ ਪਾ ਲਏ ਨੇ ਆ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਤਾਂ ਆਪਾਂ ਵੱਟ ਦੇ ਓਰੇ ਪਿੱਛੇ ਲੜ ਪੈਨੇ ਆ ਆਪਾਂ ਪਾਣੀ ਲਾਉਣ ਦੇ ਪਿੱਛੇ ਇੱਕ ਸੂਈ ਉੱਪਰ نیچے ਹੋ ਜੇ 1 ਸੈਕਿੰਡ ਦੀ ਆਪਾਂ ਫੇਰ ਵੀ ਲੜ ਪੈਨੇ ਆ ਪਰ ਹੁਣ ਇੱਥੋਂ ਲੱਗਦਾ ਕਿ ਸਾਨੂੰ ਭਾਈਵਾਲਤਾ ਸਾਂਝੀਵਾਲਤਾ ਜਿਹੜੀ ਹੈ ਉਹ ਵਾਪਸ ਘਰੇ ਲੈ ਕੇ ਜਾਣੀ ਚਾਹੀਦੀ ਹੈ ਇਹ ਤਾਂ ਜੀ ਸਪਸ਼ਟ ਹੋ ਗਈ ਗੱਲ ਸਾਨੂੰ ਤਾਂ ਸਰਕਾਰਾਂ ਨੇ ਲੜਾਈ ਇਸ ਪਿੱਛੇ ਰੱਖਿਆ ਸੀਗਾ ਹਿੰਦੂ ਸਿੱਖ ਦਾ ਹਿੰਦੂ ਮੁਸਲਮਾਨ ਦਾ ਸਾਰਿਆਂ ਦਾ ਪਾੜ ਪਵਾ ਰੱਖਿਆ ਸੀ ਇਹ ਤਾਂ ਸਰਕਾਰ ਦਾ ਇਹਦਾ ਧੰਨਵਾਦ ਵੀ ਕਰਦਿਆਂ ਅਸੀਂ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਇਕੱਠੇ ਕਰਤੇ ਸਾਨੂੰ ਤਾਂ ਆਪ ਹੀ ਦੀ ਪਤਾ ਹੀ ਨਹੀਂ ਸੀ ਸਾਨੂੰ ਲੜਾਈ ਜਾਂਦੀ ਹੈ ਇਹ ਸਾਨੂੰ ਤਾਂ ਪਤਾ ਹੀ ਹੁਣ ਲੱਗਿਆ ਵੀ ਸਾਨੂੰ ਸਰਕਾਰਾਂ ਨੇ ਲੜਾਈ ਜਾਂਦੀ ਸੀ ਸਾਡਾ ਭਾਈਚਾਰਾ ਸਾਡੀ ਸੇਵਾਵਾਲੀ ਕਰਦਾ ਹੁਣ ਜੇ ਕਹੀਏ ਵੀ ਸਾਨੂੰ ਲੱਸੀ ਦੁੱਧ ਦਹੀਂ ਸਾਰਾ ਕੁਝ ਇੱਥੋਂ ਹੀ ਆਉਂਦਾ ਅਸੀਂ ਕੋਈ ਪਿੰਡੋਂ ਤਾਂ ਨਹੀਂ ਲੈ ਕੇ ਆ ਨਾਲ ਦੇ ਪਿੰਡ ਹੀ ਭੇਜਦੇ ਇੱਥੋਂ ਹੀ ਆਉਂਦਾ ਸਾਰਾ ਕੁਝ ਇਸ ਕਰਕੇ ਸਾਨੂੰ ਪਤਾ ਲੱਗਿਆ ਹੁਣ ਸਾਡਾ ਭਾਈਚਾਰਾ ਅਸੀਂ ਨਹੀਂ ਖਰਾਬ ਹੋਣ ਦੇਵਾਂਗੇ ਇਹਦੋਂ ਕਾਇਮ ਰੱਖਾਂਗੇ ਆਪਦਾ ਭਾਈਚਾਰ ਬਿਲਕੁਲ ਜੀ ਭਾਈਚਾਰ ਕਿਸਾਨ ਜਿਹੜੀ ਵਰਕਰਾਰ ਹੈ ਇਹ ਅੰਦੋਲਨ ਦੇ ਵਿੱਚੋਂ ਇੱਕ ਨਵੀਂ ਜਿਹੜੀ ਪਿਰਤ ਹੈ ਉਹ ਪਈ ਹੈ ਬਹੁਤ ਸਾਰੇ ਕਿਸਾਨਾਂ ਨਾਲ ਸਾਡੀ ਗੱਲ ਵੀ ਹੁੰਦੀ ਹੈ ਉਹ ਵੀ ਕਹਿੰਦੇ ਨੇ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੰਦੋਲਨ ਦੇ ਵਿੱਚੋਂ ਪਰ ਹਜੇ ਵੀ ਸਾਨੂੰ ਜਾਗਣ ਦੀ ਲੋੜ ਹੈ ਸਾਨੂੰ ਪਾਰਟੀ ਬਾਜਾਂ ਤੋਂ ਉੱਪਰ ਉੱਠ ਕੇ ਜਿਹੜੀ ਇਹ ਲੜਾਈ ਚੱਲ ਰਹੀ ਹੈ ਜਿਹੜਾ ਸੈਂਟਰ ਸਰਕਾਰ ਦੇ ਨਾਲ ਕਿਸਾਨਾਂ ਨੇ ਮੱਥਾ ਲਾਇਆ ਹੋਇਆ ਉਹਦੇ ਲਈ ਸਾਨੂੰ ਇੱਕਜੁੱਟ ਕਿਸਾਨ ਹੈਗੇ ਨੇ ਪਰ ਸਾਨੂੰ ਹਜੇ ਵੀ ਜਾਗਣ ਦੀ ਲੋੜ ਹੈ ਕਿਉਂਕਿ ਕਈ ਗੱਲਾਂ ਕਰਕੇ ਸਾਡੇ ਵਿੱਚ ਕੋਈ ਕਮੀਆਂ ਰਹਿ ਸਕਦੀਆਂ ਜਿਵੇਂ 26 ਤਰੀਕ ਦੀ ਕਾਲ ਹੈ ਜੇਕਰ ਅਸੀਂ ਇੱਕ ਮੋਰਚੇ ਥੱਲੇ ਇੱਕ ਟੀਚੇ ਥੱਲੇ ਚੱਲਾਂਗੇ ਤਾਂ ਸਾਡਾ ਜਿਹੜਾ ਸੰਘਰਸ਼ ਹੈ ਹੋਰ ਤਿੱਖਾ ਹੋਏਗਾ ਸਰਕਾਰ ਡਰੀ ਵੀ ਹੋਈ ਹੈ ਕਿਉਂਕਿ ਟਰੇਲਰ ਦਿਖਾਇਆ ਕਿਸਾਨਾਂ ਨੇ 7 ਜਨਵਰੀ ਨੂੰ 8 ਤਰੀਕ ਦੀ ਮੀਟਿੰਗ ਸੀ ਉਹਦੇ ਵਿੱਚ ਥੋੜਾ ਜਿਹਾ ਸੌਫਟ ਰੁਖ ਜਿਹੜਾ ਲੱਗਿਆ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ 11 ਤਰੀਕ ਨੂੰ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰੋ ਪਰ ਅੱਜ ਵੀ ਸੰਭਾਵਨਾ ਹੈਗੀ ਹੈ ਕਿ ਉਹ ਤੇ ਵਿਚਾਰ ਚਰਚਾ ਹੋ ਸਕਦੀ ਹੈ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਹੋਰ ਵੀ ਜਿਹੜੇ ਲੋਕ ਹੈਗੇ ਨੇ ਹਾਇਰੀ ਲਵਾਉਣ ਦੀ ਕੋਸ਼ਿਸ਼ ਕਰਾਂਗੇ ਨਾਮ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕੀ ਨਾਮ ਹੈ ਬਾਬੂ ਸਿੰਘ ਹੈ ਜੀ ਪਿੰਡ ਰਾਜਪੁਰਾ ਅੱਛਾ ਬਾਬੂ ਜੀ ਤੁਹਾਨੂੰ ਇਸ ਅੰਦੋਲਨ ਦਾ ਹਿੱਸਾ ਬਣ ਕੇ ਕਿਵੇਂ ਲੱਗ ਰਿਹਾ ਠੀਕ ਹੈ ਜੀ ਅੰਦੋਲਨ ਚ ਆਉਣਾ ਜਰੂਰੀ ਸੀ ਸਾਨੂੰ ਕਿਉਂਕਿ ਅੰਦੋਲਨ ਸਾਡਾ ਕਿਸਾਨਾਂ ਦਾ ਸੀਗਾ ਤੇ ਅਸੀਂ ਇਸ ਤੋਂ ਪਿੱਛੇ हट ਕੇ ਤਾਂ ਫਿਰ ਅਸੀਂ ਕਿਸਾਨਾਂ ਨਾਲ ਜੁੜੇ ਕਿਵੇਂ ਜੁੜਾਂਗੇ ਬਾਕੀ ਸਾਡੇ ਵਾਸਤੇ ਕਾਨੂੰਨ ਬਹੁਤ ਗਲਤ ਆਇਆ ਹੈ ਇਸ ਕਰਕੇ ਅਸੀਂ ਇਸ ਕਾਨੂੰਨ ਨੂੰ ਜੇਚਾ ਆਉਣਾ ਜਰੂਰੀ ਸਮਝਿਆ ਅੰਦੋਲਨ ਚ ਬਿਲਕੁਲ ਜੀ ਆਉਣਾ ਜ਼ਰੂਰੀ ਸਮਝਣਾ ਤਾਂ ਵੱਡੀ ਗੱਲ ਆ ਬਾਪੂ ਜੀ ਸਮਝਣਾ ਸਮਝ ਸਾਨੂੰ ਆ ਗਈ ਕਿਉਂਕਿ ਅਸੀਂ ਜਾਗ ਗਏ ਪਹਿਲਾਂ ਅਸੀਂ ਸੁੱਤੇ ਪਏ ਸੀ ਸਾਨੂੰ ਪਾਰਟੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਪਾੜੋ ਤੇ ਰਾਜ ਕੋਲ ਦੀ ਨੀਤੀ ਬਣਾਈ ਹੋਈ ਸੀ ਜਾਗਣ ਦਾ ਵੇਲਾ ਸੀ ਅਸੀਂ ਜਾਗੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਹਾਂਜੀ ਭਾਈ ਜੀ ਕੀ ਨਾਮ ਹੈ ਸਿੱਕਾ ਭਾਈ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਆ ਮਲਕਪੁਰੇ ਤੋਂ ਤੇ ਇੱਥੇ ਆ ਕੇ ਹੀ ਬਹੁਤ ਵਧੀਆ ਲੱਗਿਆ ਸੀ ਇੱਕ ਇੱਕ ਦੋ ਦਿਨਾਂ ਵਾਸਤੇ ਦੇਖਣ ਵਾਸਤੇ ਆਏ ਸੀ ਵੀ ਮਾਹੌਲ ਕੀ ਹੈ ਦੇਖ ਕੇ ਆਈਏ ਪਰ ਅੱਜ ਸਾਡਾ ਚੌਥਾ ਦਿਨ ਆ ਇੱਥੋਂ ਜਾਣ ਨੂੰ ਹੈ ਦਿਲ ਨਹੀਂ ਕਰਦਾ ਹਰਦਾ ਹੋਰ ਵੀ ਜਿਹੜੇ ਮੀਰ ਭਾਈ ਸਾਥੀ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇੱਥੇ ਇੱਕ ਵਾਰੀ ਆਓ ਆ ਕੇ ਦੇਖੋ ਮਾਹੌਲ ਕੀ ਹੈ ਬਹੁਤ ਵਧੀਆ ਇੱਥੇ ਹਰ ਚੀਜ਼ ਦਾ ਪ੍ਰਬੰਧ ਹੈ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਹਾਂਜੀ ਜੀ ਨੌਜਵਾਨੋ ਤੁਸੀਂ ਆਪਾਂ ਗੱਲ ਕਰੀਏ ਕਿ ਸਾਡੇ ਜਿਹੜੇ ਕਲਾਕਾਰ ਭਾਈਚਾਰਾ ਜਾਂ ਗੀਤਕਾਰ ਭਾਈਚਾਰਾ ਉਹਨਾਂ ਨੇ ਰੋਲ ਬਹੁਤ ਵਧੀਆ ਨਿਭਾਇਆ ਜੇ ਆਪਾਂ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਬਹੁਤ ਸਾਰੇ ਅਜਿਹੇ ਐਕਟਰ ਨੇ ਐਕਟ੍ਰੈਸ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਫਿਲਮਾਂ ਕੀਤੀਆਂ ਪੰਜਾਬੀ ਪਹਿਰਾਵੇ ਨੂੰ ਕੀਤੀਆਂ ਲੈ ਕੇ ਪੰਜਾਬੀ ਬੋਲੀ ਨੂੰ ਲੈ ਕੇ ਕੀਤੀਆਂ ਆਪਦਾ ਬਿਜ਼ਨਸ ਜਿਹੜਾ ਗਰੋਅਪ ਕੀਤਾ ਪਰ ਹੁਣ ਹੁਣ ਉਹਨਾਂ ਨੇ ਹਾਂ ਦਾ ਨਾਅਰਾ ਨਹੀਂ ਮਾਰਿਆ ਤੁਹਾਨੂੰ ਲੱਗਦਾ ਕਿ ਸਾਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਹਾਂਜੀ ਬਾਈਕਾਟ ਕਰਨਾ ਚਾਹੀਦਾ ਈ ਕੁਝ ਸਿੰਗਰ ਐਕਟਰ ਜੇ ਹੈਗੇ ਜਿਹੜੇ ਨਾਲ ਤੁਰੇ ਆ ਕਿਸਾਨੀ ਕਿਸਾਨੀ ਮੋਰਚੇ ਦੇ ਕੁਝ ਜਿਹੜੇ ਪਿੱਛੇ हट ਗਏ ਆ ਜਿਹੜੇ ਨਹੀਂ ਆਏ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਈ ਜੀ ਬਿਲਕੁਲ ਜੀ ਬਾਈਕਾਟ ਕਰਨਾ ਚਾਹੀਦਾ ਹੈ ਇਹ ਕਿਸਾਨਾਂ ਦੀ ਆਵਾਜ਼ ਆ ਅਸੀਂ ਤੁਹਾਡੀ ਪਹਿਲਾਂ ਵੀ ਗੱਲਬਾਤ ਕਰਾਉਂਦੇ ਰਹੇ ਹਾਂ ਕਿਸਾਨਾਂ ਦੀ ਇਹ ਆਵਾਜ਼ ਆ ਰਹੀ ਹੈ ਕਿ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਜੇਕਰ ਅੱਜ ਉਹਨਾਂ ਨੇ ਕਿਸਾਨਾਂ ਦੇ ਲਈ ਹਾ ਦਾ ਨਾਰਾ ਨਹੀਂ ਮਾਰਿਆ ਜੇਕਰ ਪੰਜਾਬੀ ਪਹਿਰਾਵੇ ਨੂੰ ਲੈ ਕੇ ਜੱਬ ਕਹਿਦੀਏ ਕਿ ਗਵਾਂਡੀ ਸੂਬਾ ਜਿਹੜਾ ਭਰਾ ਹੋਣ ਦਾ ਸਬੂਤ ਦੇ ਰਿਹਾ ਹੈ ਹਰਿਆਣੇ ਦੀ ਬੋਲੀ ਨੂੰ ਲੈ ਕੇ ਹਰਿਆਣੇ ਦੇ ਪਹਿਰਾਵੇ ਨੂੰ ਲੈ ਕੇ ਫਿਲਮਾਂ ਕੀਤੀਆਂ ਜਾ ਰਹੀਆਂ ਬਿਜ਼ਨਸ ਆਫ ਦਾ ਗਰੋਪ ਕੀਤਾ ਜਾ ਰਿਹਾ ਪਰ ਜਿੱਥੋਂ ਉਹ ਆਪ ਦਾ ਬਿਜ਼ਨਸ ਚਲਾਉਂਦੇ ਨੇ ਉਸ ਦੇ ਲਈ ਆਜੋ ਖੜੇ ਨਹੀਂ ਕਿਸਾਨਾਂ ਦੇ ਲਈ ਉਹ ਖੜੇ ਨਹੀਂ ਤਾਂ ਕਿਤੇ ਨਾ ਕਿਤੇ ਸਾਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਸਿਰਫ ਤੇ ਸਿਰਫ ਉਹ ਆਪਦਾ ਬਿਜ਼ਨਸ ਲਈ ਕੰਮ ਕਰਦੇ ਨੇ ਤੇ ਸਾਨੂੰ ਵੀ ਜਾਗਣ ਦੀ ਲੋੜ ਹੈ ਕਿ ਬਾਈਕਾਟ ਕਰਨ ਦਾ ਜਿਹੜੀ ਗੱਲ ਕਹੀ ਜਾ ਰਹੀ ਹੈ ਕਿਸਾਨਾਂ ਵੱਲੋਂ ਤੁਹਾਨੂੰ ਕਿਵੇਂ ਲੱਗਦਾ ਕਿ ਤੁਸੀਂ ਉਹਦਾ ਸਮਰਥਨ ਕਰਦੇ ਹੋ ਕਿ ਵਿਰੋਧ ਕਰਦੇ ਹੋ ਆਪਣੇ ਵਿਚਾਰ ਵੀ ਤੁਸੀਂ ਕਮੈਂਟ ਬਾਕਸ ਵਿੱਚ ਦਿਓ ਗੱਲਬਾਤ ਅੱਗੇ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਮ ਹੈ ਹੈਪੀ ਹੈਂ ਅੱਛਾ ਹੈਪੀ ਜੀ ਕਿਵੇਂ ਲੱਗਦਾ ਅੰਦੋਲਨ ਦਾ ਹਿੱਸਾ ਬਣ ਕੇ ਬਹੁਤ ਵਧੀਆ ਗੱਲ ਹੈ ਜੀ ਇੱਥੇ ਅਸੀਂ ਪਹੁੰਚੇ ਆਂ ਇਕੱਠੇ ਹੋਏ ਆਂ ਜੀ ਜੀ ਬੈਸੀ ਵੀ ਜੀ ਏਕੇ ਦੇ ਵਿੱਚ ਸ਼ਕਤੀ ਹੁੰਦੀ ਹੈ ਹੈਪੀ ਜੀ ਤੁਸੀਂ ਵਧੀਆ ਕੀਤਾ ਕਿ ਅੰਦੋਲਨ ਵਿੱਚ ਆਏ ਹੋ ਬਾਈ ਜੀ ਕੀ ਨਾਮ ਹੈ ਸੰਦੀਪ ਸਿੰਘ ਜੀ ਸਰ ਅ اچھا ਬਾਈ ਜੀ ਅੱਜ ਤੁਸੀਂ ਬੈਚ ਲਾਇਆ ਹੋਇਆ ਮਾਣ ਮਹਿਸੂਸ ਹੁੰਦਾ ਯੂਨੀਅਨ ਦਾ ਹਿੱਸਾ ਬਣ ਕੇ ਬਿਲਕੁਲ ਜੀ ਅੱਛਾ ਪਹਿਲਾਂ ਆਪਾਂ ਗੱਲ ਕਰੀਏ ਕਿ ਪਹਿਲਾਂ ਜਦੋਂ ਕਿਸਾਨ ਜੱਥੇਬੰਦੀਆਂ ਦੇ ਲੋਕਾਂ ਨੂੰ ਦੇਖਦੇ ਸੀ ਤਾਂ ਐ ਲੱਗਦਾ ਸੀ ਉਹ ਜਾਂਦੇ ਯੂਨੀਅਨ ਵਾਲੇ ਉਹ ਜਾਂਦੇ ਯੂਨੀਅਨ ਵਾਲੇ ਹੁਣ ਪਹਿਲਾਂ ਕਲਾਕਾਰਾਂ ਦਾ ਫੋਟੋ ਮਾ ਕਰਾਉਂਦੇ ਸੀ ਲੋਕ ਹੁਣ ਯੂਨੀਅਨ ਦੇ ਆਗੂਆਂ ਦਾ ਕਰਾਉਂਦੇ ਆ ਲੱਗਦਾ ਵੀ ਲੋਕ ਜਾਗ ਪਏ ਬਿਲਕੁਲ ਜਾਗ ਪਏ ਜੀ ਅੱਛਾ ਇੱਥੋਂ ਜਾਨ ਨੂੰ ਜੀ ਨਹੀਂ ਕਰਦਾ ਜੀ ਇੱਥੋਂ ਐਂ ਲੱਗਦਾ ਵੀ ਇੱਥੇ ਬੈਠੇ ਰਹੀਏ ਨਾ ਕਿਸੇ ਘਰ ਦਾ ਫਿਕਰ ਆਉਂਦਾ ਨਾ ਕਿਸੇ ਬੱਚਿਆਂ ਦਾ ਹੁਣ ਤਾਂ ਮਤਲਬ ਜੀ ਲੱਗਿਆ ਅੱਛਾ ਅਸੀਂ ਕੱਲ ਵੀ ਗੱਲਬਾਤ ਕੀਤੀ ਸੀ ਇੱਥੇ ਜਿਹੜੇ ਆ ਸਬਜ਼ੀ ਲਈ ਜਾ ਰਹੀ ਹੈ ਗੰਡਿਆਂ ਦੀ ਪਨੀਰੀ ਲਈ ਜਾ ਰਹੀ ਹੈ ਪਨੀਰੀ ਲੱਗੀ ਪਈ ਹੈ ਜੀ ਪਿਛਲੇ ਪੋਲਾਂ ਤੇ ਗੰਡਿਆਂ ਦੀ ਤੇ ਕਿਸਾਨ ਵੀਰ ਤਾਂ ਕਹਿੰਦੇ ਸੀ ਤਾਂ ਘਰ ਵੀ ਪਾਲਾਂਗੇ ਨਾ ਨਾ ਹਾਂ ਜੀ ਕੌਣ ਜੀ ਕਰ ਇੱਥੇ ਅੱਛਾ ਜੇਕਰ ਮੋਰਚਾ ਲੰਬਾ ਚੱਲਦਾ ਤਾਂ ਜਿਹੜੇ ਘਰ ਵੀ ਪਾਏ ਜਾ ਸਕਦੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਬਲਜਿੰਦਰ ਜੀ ਬਲਜਿੰਦਰ ਜੀ ਵੀਰ ਜੀ ਅੰਦੋਲਨ ਦਾ ਹਿੱਸਾ ਬਣ ਕੇ ਕਿਵੇਂ ਲੱਗਦਾ ਮਾਣ ਮਹਿਸੂਸ ਹੋ ਰਿਹਾ ਹਾਂਜੀ ਅੱਛਾ ਬਹੁਤ ਵਧੀਆ ਲੱਗ ਰਹਾ ਹੈਗਾ ਇਹ ਅੱਛਾ ਭਾਈ ਜੀ ਕੀ ਨਾਮ ਹੈ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਹਰ ਕਿਸਾਨ ਨਾਲ ਤੁਹਾਡੀ ਗੱਲਬਾਤ ਕਰਾਈਏ ਕਿਉਂਕਿ ਇਹ ਅੰਦੋਲਨ ਦੇ ਵਿੱਚ ਜਿੰਨੇ ਵੀ ਕਿਸਾਨ ਪਹੁੰਚੇ ਨੇ ਘਰ ਛੱਡ ਕੇ ਆਏ ਨੇ ਕਿਸੇ ਦਾ ਜੀ ਨਹੀਂ ਕਰਦਾ ਸੀਗਾ ਮਖਮਲੀ ਗੱਦਿਆਂ ਨੂੰ ਛੱਡ ਕੇ ਇੱਥੇ ਟਰੱਕਾਂ ਦੇ ਵਿੱਚ ਜਿਹੜੀ ਰਾਤ ਬਤੀਤ ਕਰੇ ਟਰਾਲੀਆਂ ਦੇ ਵਿੱਚ ਜਿਹੜੀ ਰਾਤ ਬਤੀਤ ਕਰੀ ਕੀਤੀ ਜਾਵੇ ਪਰ ਜੇਕਰ ਜ਼ਮੀਨ ਦੀ ਗੱਲ ਕਰੀਏ ਜ਼ਮੀਨ ਤੇ ਗੱਲ ਆ ਗਈ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਆ ਗਈ ਤਾਂ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਕਿਸਾਨਾਂ ਨੂੰ ਸੜਕਾਂ ਉੱਪਰ ਉਤਰਨਾ ਪਿਆ ਲਗਾਤਾਰ ਕਿਸਾਨ ਰੇਲ ਪਟੜੀਆਂ ਤੇ ਬੈਠੇ ਉਸ ਤੋਂ ਪਹਿਲਾਂ ਟੋਲ ਪਲਾਜ਼ਾਂ ਤੇ ਬੈਠੇ ਮੌਲਾਂ ਨੂੰ ਜਿਹੜਾ ਘੇਰੇ ਪਾਏ ਗਏ ਪੈਟਰੋਲ ਪੰਪ ਬੰਦ ਕੀਤੇ ਗਏ ਪਰ ਜਦੋਂ ਤੱਕ ਸਰਕਾਰ ਨੇ ਕੋਈ ਪਹਿਲ ਨਹੀਂ ਕੀਤੀ ਤਾਂ ਕਿਸਾਨ ਦਿੱਲੀ ਵੱਲ ਨੂੰ ਵਧੇ ਦਿੱਲੀ ਦੀਆਂ ਬਹਰੂਆਂ ਤੇ ਡਟੇ ਹੋਏ ਨੇ ਕਿਸਾਨ ਜੇਕਰ ਗੱਲ ਅਸੀਂ ਟਿੱਕਰੀ ਬਾਰਡਰ ਦੀ ਕਰੀਏ ਸਿੰਘੂ ਬਾਰਡਰ ਦੀ ਕਰੀਏ ਤਾਂ ਕਿਸਾਨਾਂ ਦੇ ਵਿੱਚ ਇੱਕ ਜज्ਬਾ ਤੇ ਜੋਸ਼ ਬਰਕਰਾਰ ਹੈ ਕਿਸੇ ਵੀ ਮੁਸ਼ਕਲ ਦੀ ਉਹ ਪਰਵਾਹ ਨਹੀਂ ਕਰ ਰਹੇ ਲਗਾਤਾਰ ਸੰਘਰਸ਼ ਦੇ ਵਿੱਚ ਜੁੜ ਰਹੇ ਨੇ ਬਹੁਤ ਸਾਰੇ ਲੋਕ ਨਵੇਂ ਵੀ ਆ ਰਹੇ ਨੇ 26 ਤਰੀਕ ਦੀ ਕਾਲ ਹੈ ਉਸ ਦੇ ਲਈ ਲਗਾਤਾਰ ਜਿਹੜੇ ਟਰੈਕਟਰ ਹੈ ਉਹ ਪੰਜਾਬ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਪੂਰੇ ਭਾਰਤ ਭਰ ਤੋਂ ਜਿਹੜੇ ਟਰੈਕਟਰ ਇੱਥੇ ਪਹੁੰਚ ਰਹੇ ਨੇ ਲਗਾਤਾਰ ਆ ਰਹੇ ਨੇ ਕਿਉਂਕਿ ਵੱਡੀ ਗੈਂਤੀ ਵਿੱਚ ਟਰੈਕਟਰ ਹੈ ਜਿਹੜੇ 26 ਤਰੀਕ ਨੂੰ ਜਿਹੜਾ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਜੱਥੇਬੰਦੀਆਂ ਦੇ ਜਿਵੇਂ ਜਿਵੇਂ ਫੈਸਲੇ ਆ ਉਹਨਾਂ ਮੁਤਾਬਕ ਜਿਹੜੇ ਲੋਕ ਆ ਉਹ ਸਾਥ ਦੇ ਰਹੇ ਆ ਟੀਚਾ ਇੱਕ ਉਸ ਟੀਚੇ ਦੇ ਤਹਿਤ ਚੱਲ ਰਹੇ ਆ ਪਰ ਨੌਜਵਾਨਾਂ ਨੂੰ ਅਸੀਂ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਵੇਂ ਜੁਨੀਅਨ ਦੇ ਸੱਦੇ ਹੈਗੇ ਆ ਜਿਵੇਂ ਜੁਨੀਅਨ ਕਹਿ ਰਹੀ ਹੈ ਉਵੇਂ ਤੁਸੀਂ ਕਰਨ ਦੀ ਕੋਸ਼ਿਸ਼ ਕਰੋ ਸਾਡੀ ਇੱਕ ਗਲਤੀ ਸਾਡੇ ਅੰਦੋਲਨ ਨੂੰ ਢਾਹ ਲਾ ਸਕਦੀ ਹੈ ਕੋਸ਼ਸ਼ਾਂ ਵੀ ਹੋ ਰਹੀਆਂ ਬਹੁਤ ਤਰ੍ਹਾਂ ਦੇ ਲੋਕ ਇੱਥੇ ਸੀਆਈਡੀ ਵਾਲੇ ਵੀ ਫਿਰ ਰਹੇ ਨੇ ਪਰ ਸਾਨੂੰ ਪਛਾਣਨ ਦੀ ਲੋੜ ਹੈ ਤੇ ਜੇ ਗੱਲ ਕਰੀਏ ਅਸੀਂ ਨੈਸ਼ਨਲ ਮੀਡੀਆ ਦੀ ਉਹਨਾਂ ਨੇ ਹਜੇ ਤੱਕ ਸਾਥ ਨਹੀਂ ਦਿੱਤਾ ਪਰ ਸਾਡੀ ਕੋਸ਼ਿਸ਼ ਹੈ ਕਿ ਲਗਾਤਾਰ ਅਸੀਂ ਤੁਹਾਡੀ ਕਿਸਾਨਾਂ ਨਾਲ ਗੱਲਬਾਤ ਕਰਾਈਏ ਕਿਸਾਨਾਂ ਤਾਂਵਾਂ ਨਾਲ ਗੱਲਬਾਤ ਕਰਾਈਏ ਪਲ-ਪਲ ਦੀ ਰਿਪੋਰਟ ਜਿਹੜੀ ਅਸੀਂ ਟਿੱਕਰੀ ਬਾਰਡਰ ਤੋਂ ਤੁਹਾਡੇ ਸਾਹਮਣੇ ਕਰ ਰਹੇ ਹਾਂ ਤੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਸਾਨੂੰ ਸਹਿਯੋਗ ਦੇ ਸਕਦੇ ਹੋ ਇਸ ਵਕਤ ਸਵੇਰ ਦਾ ਟਾਈਮ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਠੰਡ ਬਹੁਤ ਜ਼ਿਆਦਾ ਹੈ ਮੈਂ ਆਪਣੇ ਸਹਿਯੋਗੀ ਸਾਥੀ ਨਾਲ ਪਕੌੜਾ ਚੌਂਕ ਤੋਂ ਰਾਜਵਿੰਦਰ ਪੁੱਲਰ ਸਾਂਝਾ ਟੀਵੀ ਸასი ਕਾਲ ਪਲੀਜ਼ ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ